सत श्री अकाल दोस्तों, मैं प्रोफेसर जगपाल सिंह, पंजाबी यूनिवर्सिटी टी पी डी मालवा कॉलेज रामपुरा फूल। सानू सारे नूं पता, पिछले दिन ही साड़ी केंद्र सरकार ने जिहड़े खेती दे खिलाफ 3 आर्डीनेंस पास किए ने गे, उस दे विरोध दे विच पंजाब, हरियाणा अते यूपी दे विच संघर्ष चल रहे ने। सब तो पहला तो मैं उन्हां किसान जथेबंदियों नूं, साडे बजुर्गों नूं, साडियां मातावां नूं, साडे नौजवान भरावां नूं, साडियां भैणां नूं बधाई देना चाहुंदा गा, जिन्हां ने इस अंदोलन दे नूं अगे वधाउण दे विच सब तों वड्डा योगदान पाया। पिछले दिन ही पिछला हफ्ता जिहड़ा सीगा उह पटियाले अते बादल पिंड दे विच जिहड़ा लगातार धरना चल रहा सीगा, हुण जथेबंदियां ने 25 तरीक नूं सारे पंजाब नूं बंद दी जिहड़ी कॉल हैगी उह दित्ती गई हैगी। इस कॉल नूं सफल बनाउण दे लई मैं सारिआं नूं बेनती करदा गा, सानूं वधो वध इस दा साथ देना चाहीदा। सानूं सारिआं नूं पता वी इह जिहड़े खेती आर्डीनेंस पास कीते गए ने गे, वी इह कल्ले किसानां दे विरोधी नहीं हैगे, इह उहनां मजदूरां दे विरोधी ने गे, इह उहनां छोटे व्यापारियों दे विरोधी ने गे, ये उन्हां आड़तियों के विरोधी ने गे जिहड़े किसानां दे नाल जुड़े हुए ने गे। सानू अज शायद लगता गा भी ये जिमें कि साढ़े मानयोग प्रधानमंत्री नरेंद्र मोदी जी अते उन्हां दी टीम ये कह रही है भी नहीं, इहदे नाल 2022 दे विच किसानां दी आमदन जिहड़ी दुगनी हो जूगी। पर जिहड़े अर्थशास्त्री ने गे जां खेतीबाड़ी माहर ने गे, ਉਹ ਆਪਣੇ ਤਰਕ ਦੇ ਨਾਲ ਇਹਨਾਂ ਗੱਲਾਂ ਨੂੰ ਨਕਾਰ ਰਹੇ ਨੇ ਵੀ ਇਹ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਟੀਮ ਜਿਹੜੀ ਝੂਠ ਬੋਲ ਰਹੀ ਹੈਗੀ। ਅਸੀਂ ਵੀ ਆਰਟੀਕਲ ਪੜ੍ਹੇ ਨੇਗੇ, ਅਸੀਂ ਵੀ ਆਰਡੀਨੈਂਸਾਂ ਦਾ ਅਨੈਲਿਸਿਸ ਕੀਤਾ ਹੈਗਾ। ਸਾਡੀ ਕਈ ਪ੍ਰੋਫੈਸਰ ਸਾਹਿਬਾਨ ਨਾਲ ਜਿਹੜੇ ਕਿ ਵੱਡੇ ਉੱਘੇ ਅਰਥਸ਼ਾਸਤਰੀ ਨੇਗੇ, ਉਹਨਾਂ ਨਾਲ ਗੱਲਬਾਤ ਹੋਈ, ਉਹਨਾਂ ਨੂੰ ਪੁੱਛਿਆ ਅਸੀਂ, ਜਿਨ੍ਹਾਂ ਨੇ ਕਿਹਾ ਵੀ ਇਹ ਬਿਲਕੁਲ ਹੀ ਖੇਤੀ ਦੇ ਖਿਲਾਫ ਨੇਗੇ, ਇਹ ਕਿਸਾਨ ਨੂੰ ਹੀ ਨਹੀਂ ਸਾਰੇ ਵਰਗ ਨੂੰ ਹੀ ਇਸ ਦਾ ਬਹੁਤ ਵੱਡਾ ਨੁਕਸਾਨ ਹੋਣਾ ਗਾ। ਇਸ ਲਈ ਸਾਥੀਓ, ਮੈਂ ਬੇਨਤੀ ਕਰਦਾ ਗਾ ਸਾਰਿਆਂ ਨੂੰ ਵੀ ਸਾਨੂੰ ਪਾਰਟੀਬਾਜ਼ੀ ਤੋਂ ਉੱਠ ਕੇ ਇਸ ਜਥੇਬੰਦੀਆਂ ਦਾ, ਕਿਸਾਨ ਜਥੇਬੰਦੀਆਂ ਦਾ ਇਸ ਮਾਰੂ ਖੇਤੀ ਆਰਡੀਨੈਂਸਾਂ ਦੇ ਖਿਲਾਫ ਸਾਥ ਦੇਣਾ ਚਾਹੀਦਾ ਗਾ। ਮੈਂ ਇੱਕ ਹੋਰ ਬੇਨਤੀ ਕਰਨਾ ਚਾਹੂੰਗਾ ਸਾਰਿਆਂ ਨੂੰ, ਕਾਂਗਰਸ ਅਤੇ ਅਕਾਲੀ ਪਾਰਟੀਆਂ ਨੇ ਵੀ ਉਸ ਦਿਨ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ। ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹ ਕਾਂਗਰਸ ਪਾਰਟੀ ਦੇ ਨਾਲ ਜਾਂ ਅਕਾਲੀ ਪਾਰਟੀ ਦੇ ਨਾਲ ਨਾ ਜਾਣ, ਉਹ ਸਿੱਧਾ ਹੀ ਕਿਸਾਨ ਜਥੇਬੰਦੀਆਂ ਦੀ ਪਾਰਟੀ ਦੇ ਵਿੱਚ ਜਾਣ, ਤਾਂ ਕਿ ਸਰਕਾਰਾਂ ਤੱਕ ਇਹ ਗੱਲ ਪਹੁੰਚ ਚੁੱਕੇ ਵੀ ਇਹ ਗੱਲ ਹੈ ਜਿਹੜੀ ਇਹ ਲੋਕ ਨੇਗੇ ਇਸ ਖੇਤੀ ਆਰਡੀਨੈਂਸਾਂ ਦੇ ਖਿਲਾਫ ਨੇ, ਅਤੇ ਜਿਹੜਾ ਕਿ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਵੀ ਇਹ ਨੇ ਜਿਹੜੇ ਰਾਜਨੀਤਿਕ ਤੋਂ ਪ੍ਰਭਾਵਿਤ ਨੇਗੇ, ਇਹ ਗਲਤ ਅਫਵਾਹ ਫੈਲਾ ਰਹੇ ਨੇਗੇ। ਜਦੋਂ ਅਸੀਂ ਕਿਸੇ ਪਾਰਟੀ ਦੇ ਨਾਲ ਨਾ ਜਾ ਕੇ ਸਿੱਧਾ ਕਿਸਾਨ ਜਥੇਬੰਦੀਆਂ ਦੇ ਨਾਲ ਉਹਨਾਂ ਦਾ ਸਾਥ ਦੇਵਾਂਗੇ, ਤਾਂ ਇੱਥੋਂ ਗੱਲ ਸਾਬਤ ਹੋਊਗੀ ਵੀ ਇਹ ਕਿਸੇ ਰਾਜਨੀਤਿਕ ਪਾਰਟੀ ਤੋਂ ਜਾਂ ਰਾਜਨੀਤੀ ਤੋਂ ਪ੍ਰਭਾਵਿਤ ਨਹੀਂ ਹੈਗੇ, ਇਹ ਉਹਨਾਂ ਖੇਤੀ ਆਰਡੀਨੈਂਸਾਂ ਦੇ ਖਿਲਾਫ ਨੇਗੇ ਜਿਨ੍ਹਾਂ ਦੇ ਨਾਲ ਸਾਡੇ ਸਾਰੇ ਵਰਗ ਨੂੰ, ਸਾਡੇ ਪੰਜਾਬ ਨੂੰ ਮਾਰਿਆ ਜਾ ਰਿਹਾ ਹੈਗਾ। ਇਸ ਲਈ ਮੈਂ ਪ੍ਰੋਫੈਸਰ ਜਗਪਾਲ ਸਿੰਘ, ਪ੍ਰੋਫੈਸਰ ਰਜਿੰਦਰ ਜੀ ਅਤੇ ਸਾਡੇ ਟੀ ਪੀ ਡੀ ਮਾਲਵਾ ਕਾਲਜ ਦੀ ਸਾਰੀ ਟੀਮ ਇਸ ਗੱਲ ਦਾ ਵਿਰੋਧ ਕਰਦੇ ਹਾਂ ਅਤੇ 25 ਨੂੰ ਇਸ ਅੰਦੋਲਨ ਨੂੰ, ਇਸ ਪੰਜਾਬ ਬੰਦ ਦੇ ਸੰਦੇ ਨੂੰ ਸਫਲ ਬਣਾਉਣ ਦੇ ਲਈ ਅਸੀਂ ਵੱਧ ਚੜ੍ਹ ਕੇ ਉਹਨਾਂ ਦਾ ਸਾਥ ਦੇਵਾਂਗੇ। ਧੰਨਵਾਦ ਜੀ।